ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਡਰੱਗ ਸਮਗਲਰਾਂ ਦੇ ਨਕੇਲ ਕੱਸਣ ਅਤੇ ਨਸ਼ਿਆਂ ਦਾ ਖਾਤਮਾ ਕਰਨ ਦੀ ਦਿਸ਼ਾ 'ਚ ਖੰਨਾ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ 1 ਕਿਲੋ ਹੈਰੋਇਨ ਅਤੇ 1 ਕਿਲੋ ਡਰੱਗ ਆਈ ਸਣੇ 2 ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਦੋਨਾਂ ਵਿਦੇਸ਼ੀ ਨਸ਼ਾ ਤਸਕਰਾਂ ਦੇ ਖਿਲਾਫ ਥਾਣਾ ਸਮਰਾਲਾ 'ਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰਨ ਦੇ ਦੋਸ਼ 'ਚ NDPC ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਬਰਾਮਦ ਕੀਤੀ ਗਈ ਹੈਰੋਇਨ ਅਤੇ ਡਰੱਗ ਆਈਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ ਕਈ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਅੱਜ 23 ਤਾਰੀਖ ਨੂੰ ਅੱਜ ਮਾਰਨਿੰਗ ਦੇ ਵਿੱਚ ਨੀਲੋ ਪੁੱਲ ਬੱਸ ਸਟੈਂਡ ਦੇ ਸਾਹਮਣੇ ਇੰਸਪੈਕਟਰ ਮਨਜੀਤ ਸਿੰਘ SHO ਸਮਰਾਲਾ, ਸਬ ਇੰਸਪੈਕਟਰ ਆਕਾਸ਼ ਦਾ ਤੇ SI ਬਲਜਿੰਦਰ ਸਿੰਘ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀ, ਜਿਸ ਨਾਕੇ ਤੋਂ 2 ਨਾਈਜੀਰੀਅਨਸ ਜਿਹੜੇ ਆ ਚੈਕਿੰਗ ਦੌਰਾਨ ਮਤਲਬ ਕਿ ਰੋਕੇ ਗਏ, ਔਰ ਰੋਕ ਕਰਕੇ ਉਹਨਾਂ ਦੇ ਜਿਹੜੇ ਬੈਗ ਸੀਗੇ ਉਹ ਚੈੱਕ ਕੀਤੇ ਗਏ ਆ। ਤਾਂ 1 ਨਾਈਜੀਰੀਅਨ ਤੋਂ 1 ਕਿਲੋ ਹੈਰੋਇਨ, ਦੂਜੇ ਨਾਈਜੀਰੀਅਨ ਤੋਂ 1 ਕਿਲੋ ਆਈਸ ਡਰੱਗ ਬਰਾਮਦ ਕੀਤਾ ਗਿਆ। ਜਿਹੜੇ ਦੋਨੋਂ ਨਾਈਜੀਰੀਅਨਸ ਹੈ ਇਹਨਾਂ ਦੀ ਉਮਰ ਤਕਰੀਬਨ 34-35 ਸਾਲ ਦੀ ਹੈ। ਇਹ ਇਹਨਾਂ ਦੀ ਨੈਸ਼ਨੈਲਿਟੀ ਜਿਹੜੀ ਹੈਗੀ ਨਾਈਜੀਰੀਅਨ ਹੈ, ਇਹ ਰਹਿਣ ਵਾਲੇ ਆ ਵੈਸਟ ਸਟੇਟ ਨਾਈਜੀਰੀਆ ਦੇ। ਕਰੰਟਲੀ ਇਹ ਦੁਆਰਕਾ ਦੇ ਵਿੱਚ, ਨਿਊ ਦਿੱਲੀ ਦੇ ਵਿੱਚ ਰਹਿ ਰਹੇ ਹੈ, ਜਿਹੜੀ ਇਹਨਾਂ ਦੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਹੈ। ਉਸ ਤੋਂ ਇਲਾਵਾ ਇਹ ਉੱਦਾਂ ਵੀ ਆਪਣੇ ਖੰਨਾ ਡਿਸਟ੍ਰਿਕਟ ਦੇ ਵਿੱਚ ਵੀ, ਔਰ ਉੱਦਾਂ ਵੀ ਆਈ ਥਿੰਕ ਕਿ ਆਪਣੀ ਆਈਸ ਦੀ ਇੱਕ ਬਹੁਤ ਵੱਡੀ ਵੱਡਾ ਸੀਜ਼ਰ ਹੈ, ਔਰ ਆਈਸ ਟਿਪਿਕਲੀ ਇੱਕ ਪਾਰਟੀ ਡਰੱਗ ਹੈ, ਐਂਫਟਾਮੀਨ ਜਿਹੜਾ ਕਲਾਸ ਆਫ ਡਰੱਗਸ ਹੈ ਉਹਦੇ ਵਿੱਚ ਆਉਂਦਾ ਹੈ। ਅਤੇ ਇਸ ਨੂੰ ਵੀ ਅਸੀਂ ਇਸ ਤਰੀਕੇ ਤੋਂ, ਇਸ ਐਂਗਲ ਤੋਂ ਪ੍ਰੂਵ ਕਰਾਂਗੇ ਕਿ ਇਹਨਾਂ ਦਾ ਐਗਜੈਕਟਲੀ ਨੈਕਸਸ ਕਿਹਨਾਂ ਨਾਲ ਸੀਗਾ। ਬਟ ਜਿਵੇਂ ਅਸੀਂ ਪਹਿਲੇ ਵੀ ਨਾਈਜੀਰੀਅਨਸ ਫੜੇ ਹੈ, ਔਰ ਹੁਣ ਵੀ ਜਿਵੇਂ ਨਾਈਜੀਰੀਅਨਸ ਪੰਜਾਬ ਦੇ ਵਿੱਚ ਇੱਥੇ ਨੀਲੋ ਪੁੱਲ 'ਤੇ ਫੜੇ ਗਏ ਹੈ, ਇਟਸ ਵੈਰੀ ਕਲੀਅਰ ਕਿ ਇਹਨਾਂ ਦੇ ਵੀ ਪੰਜਾਬ ਵਿੱਚ ਕਾਫੀ ਇੱਕ ਸਟਰੋਂਗ ਸਪਲਾਈ ਨੈਟਵਰਕ ਹੋਊਗਾ, ਜਿਸ ਨੂੰ ਅਸੀਂ ਅੱਗੇ ਥਰਲੀ ਪ੍ਰੋਵ ਕਰਾਂਗੇ। ਬਟ ਇਟ ਇਜ਼ ਵੈਰੀ ਕਲੀਅਰ, ਜਿਹੜੀ ਸਾਡੀ ਅੰਡਰਸਟੈਂਡਿੰਗ ਹੈ ਕਿ ਇੱਕ ਮੇਜਰ ਡਰੱਗ ਸਪਲਾਈ ਨੈਟਵਰਕ ਪੰਜਾਬ ਦੇ ਵਿੱਚ ਚਲਾ ਰਹੇ ਹੈ, ਜਿਸ ਤਰੀਕੇ ਦੀ 1 ਕਿਲੋ ਹੈਰੋਇਨ ਔਰ 1 ਕਿਲੋ ਆਈਸ ਡਰੱਗ ਦੀ ਰਿਕਵਰੀ ਹੋਈ ਹੈ। ਸੈਕੰਡਲੀ, ਆਈਸ ਜਿਹੜਾ ਹੈਗਾ ਇਟਸ ਅ ਪਾਰਟੀ ਡਰੱਗ, ਔਰ ਇਹ ਟਿਪਿਕਲੀ ਹਾਈ ਸੁਸਾਇਟੀ ਦੇ ਵਿੱਚ ਜਿਹੜਾ ਹੈਗਾ ਇਸਦਾ ਇਸਤੇਮਾਲ ਪਾਇਆ ਜਾਂਦਾ ਹੈ, ਕਾਫੀ ਐਕਸਪੈਂਸਿਵ ਡਰੱਗ ਹੈ। ਤਾਂ ਇਸ ਐਂਗਲ ਤੋਂ ਵੀ ਅਸੀਂ ਪ੍ਰੂਵ ਕਰ ਰਹੇ ਹਾਂ, ਬਿਕੋਜ਼ ਇਹ ਵੀ ਇੱਕ ਸਿਗਨੀਫਿਕੈਂਟ ਐਸਪੈਕਟ ਹੈ ਇਸ ਕੇਸ ਦਾ। ਤੁਸੀਂ ਬੈਟਰ ਜੱਜ ਹੋਗੇ, ਤੁਸੀਂ ਇੰਟਰਨੈਸ਼ਨਲ ਪ੍ਰਾਈਸ ਦੇ ਨਾਂ ਦੇ ਕਰ ਲਓ ਵੈਰੀਫਾਈ, ਬਟ ਡੈਫੀਨੇਟਲੀ ਜਿਹੜੀ ਆਈਸ ਹੈ ਉਸਦੀ ਮਾਰਕੀਟ ਵੈਲਿਊ ਹੀਰੋਇਨ ਤੋਂ ਵੱਧ ਹੈ। ਸਰ, ਜਿਵੇਂ ਕਿ ਇੱਕ ਪੈਲ ਹਲਕੇ ਪੈਲ ਸਬ ਡਿਵੀਜ਼ਨ ਦੇ ਵਿੱਚ ਵੀ ਇੱਕ ਮੁੰਡਾ ਡਰੱਗਸ ਨਾਲ, ਕੀ ਉੱਧਰ ਤਾਂ ਨਹੀਂ ਸਪਲਾਈ ਕਰਨੀ ਸੀ ਜਾਂ ਕੋਈ ਏਰੀਏ ਦੇ ਵਿੱਚ ਖੰਨਾ ਪੁਲਿਸ ਜ਼ਿਲ੍ਹੇ ਸਪਲਾਈ ਕਰਨਾ ਸੀ ਕਿੱਦਾਂ? ਹੁਣ ਤੱਕ ਜੀ ਉਹ ਗੱਲ ਅਸੀਂ ਮਤਲਬ ਹਜੇ ਆਪਾਂ ਨੇ ਵੈਰੀਫਾਈ ਕਰਨੀ ਹੈ ਜੀ, ਹਜੇ ਤੱਕ ਇਸ ਤਰੀਕੇ ਦੀ ਕੋਈ ਸ਼ੋਰ ਗੱਲ ਨਹੀਂ ਆਈ। ਹੋ ਵੀ ਸਕਦਾ ਹੈ ਅਜੇ ਅਸੀਂ ਉਹ ਪੁੱਛਗਿੱਛ ਦੌਰਾਨ ਜੀ ਸਾਰੀ ਗੱਲਾਂ ਨੂੰ ਲੇਕਰ ਆਵਾਂਗੇ। ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।